ਇਨਸਾਫ ਪਾਰਟੀ ਹੋਰ ਮਾਸਟਰ ਜੀ ਸਾਡੇ ਸ਼ਮਸ਼ੇਰ ਸਿੰਘ ਜੀ, ਰਾਮਾਨੰਦ ਜੀ, ਗੁਰਚਰਨ ਸਿੰਘ ਜੀ, ਹੋਰ ਬਹੁਤ ਸਾਰੇ ਸਾਥੀ ਬੈਠੇ ਨੇ ਕਿਉਂਕਿ ਟਾਈਮ ਥੋੜਾ ਹੈ। ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਸਾਨੂੰ ਯਾਦ ਰਹਿਣਾ ਚਾਹੀਦਾ ਕਿਉਂਕਿ ਜੋ ਪੁਰਾਣੇ ਬੈਠੇ ਨੇ ਉਹਨਾਂ ਨੂੰ ਪਤਾ ਹੋਊਗਾ। ਅੱਜ ਜੇ ਸਾਡਾ ਦੇਸ਼ ਇੰਨੀਆਂ ਤਰੱਕੀਆਂ ਕੀਤੀਆਂ ਨੇ, ਅਸੀਂ ਉਹ ਸਮਾਂ ਵੀ ਦੇਖਿਆ ਜਦੋਂ ਲੱਕੜ ਦੇ ਪਹੀਆਂ ਵਾਲੇ ਗੱਡੇ ਹੁੰਦੇ ਸੀ। ਅੱਜ ਜੇ ਦੇਸ਼ ਖੁਸ਼ਹਾਲ ਹੋਇਆ, ਲੋਕਾਂ ਦੇ ਘਰਾਂ ਦੇ ਵਿੱਚ ਕੰਬਾਈਨਾਂ ਆਈਆਂ, ਟਰੈਕਟਰ ਆਏ, ਕਾਰਾਂ ਆ ਗਈਆਂ, ਕੋਠੀਆਂ ਆ ਗਈਆਂ, ਸਾਡੇ ਸਮਾਜ ਨੂੰ ਵੀ ਕੁਛ ਨੌਕਰੀਆਂ ਮਿਲੀਆਂ, ਕੁਛ ਸੌਖਾ ਸਾਹ ਆਇਆ। ਇਹਦੇ ਪਿੱਛੇ ਉਹ ਦਿੱਤਾ ਹੋਇਆ ਸਿਸਟਮ, ਉਹ ਦਿੱਤਾ ਹੋਇਆ ਸੰਵਿਧਾਨ ਬਾਬਾ ਸਾਹਿਬ ਦਾ ਕੰਮ ਕਰਦਾ ਹੈ, ਉਹਦੀ ਬਦੌਲਤ ਇਹ ਦੇਸ਼ ਨੇ ਤਰੱਕੀ ਕੀਤੀ ਹੈ। ਸੋ ਇਹ ਸਾਰਾ ਕੁਛ ਕਰਨ ਦੇ ਲਈ ਪਤਾ ਨਹੀਂ ਉਹਨਾਂ ਨੂੰ ਕਿੰਨੀਆਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘਣਾ ਪਿਆ, ਉਹਨਾਂ ਦੇ ਪਰਿਵਾਰ ਨੂੰ ਕਿੰਨੇ ਦੁੱਖ ਸਹਾਰਨੇ ਪਏ। ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਆਪਣਾ ਸਥਾਨ ਲਊਂਗਾ ਕਿ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਹਰੋਂ ਫੜ ਕੇ ਆਏ ਬਗਾਵਤ ਕਰਕੇ, ਤਾਂ ਉਹਨਾਂ ਨੇ ਕਾਲਾ ਕੋਟ ਪੈਂਟ ਪਾਈ ਹੋਈ, ਟਾਈ ਲਾਈ ਹੋਈ, ਤਾਂ ਉਹਨਾਂ ਦੇ ਘਰ ਵਾਲੀ ਰਮਾ ਬਾਈ ਜਦੋਂ ਉਹ ਪਹਿਲਾਂ ਪਹੁੰਚ ਗਏ ਘਰੇ, ਤੇ ਰਮਾ ਬਾਈ ਪਾਥੀਆਂ ਦਾ ਟੋਕਰਾ ਲੈ ਕੇ ਜਦੋਂ ਆ ਰਹੀ ਆ ਘਰ ਨੂੰ, ਤਾਂ ਅੰਬੇਡਕਰ ਸਾਹਿਬ ਕਹਿੰਦੇ ਰਾਮਾ ਆ ਦੇਖ ਮੈਂ ਬਰੈਸਟਰ ਬਣ ਕੇ ਆ ਗਿਆ, ਮੈਂ ਵਕੀਲ ਬਣ ਕੇ ਆਇਆ, ਬਾਹਰੋਂ ਪੜ੍ਹ ਕੇ ਆਇਆ, ਤੂੰ ਅਜੇ ਵੀ ਪਾਥੀਆਂ ਦਾ ਟੋਕਰਾ ਚੱਕੀ ਫਿਰਦੀ ਆ। ਤਾਂ ਰਮਾ ਬਾਈ ਨੇ ਕਿਹਾ ਡਾਕਟਰ ਸਾਹਿਬ ਠੀਕ ਹੈ, ਤੁਸੀਂ ਬਹੁਤ ਵੱਡੇ ਡਿਗਰੀ ਲੈ ਕੇ ਆਏ ਹੋ, ਪੜ੍ਹਾਈ ਕਰਕੇ ਆਏ ਹੋ, ਪਰ ਇਹ ਜਿਹੜਾ ਪੜ੍ਹਾਉਣ ਪੜ੍ਹਨ ਦੇ ਲਈ ਮੈਂ ਪਾਥੀਆਂ ਪੱਤ ਪੱਤ ਕੇ ਤੁਹਾਨੂੰ ਪੈਸੇ ਭੇਜਦੀ ਰਹੀ ਆ। ਰਮਾ ਬਾਈ ਨੇ ਆਪਣੀਆਂ ਹੱਥਾਂ ਦੀਆਂ ਜਿਹੜੀਆਂ ਲਕੀਰਾਂ ਕੰਮ ਕਰਦੇ ਹੋਏ ਮਿਟ ਗਈਆਂ ਤਾਂ ਕਿ ਸਾਡੇ ਸਮਾਜ ਦੀਆਂ ਹੱਥਾਂ ਦੀਆਂ ਲਕੀਰਾਂ ਉਗੜ ਜਾਣ। ਤੋ ਇਹਨਾਂ ਅੱਜ ਜੋ ਵੀ ਕੁਛ ਹਾਂ, ਅਸੀਂ ਜੋ ਵੀ ਤਰੱਕੀ ਕੀਤੀ ਹੈ, ਇਸ ਦੇਸ਼ ਨੇ ਤਰੱਕੀ, ਮੈਂ ਇਕੱਲੇ ਸਮਾਜ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਅੱਜ ਮੋਦੀ ਰੌਲਾ ਪਾਉਂਦਾ ਸਾਡਾ ਦੇਸ਼ ਜੀ ਚੌਥੇ ਨੰਬਰ ਤੇ ਚਲੇ ਗਿਆ, ਦੂਜੇ ਤੇ ਚਲੇ ਗਿਆ ਜਾਣ ਵਾਲਾ। ਲੇਕਿਨ ਇਹਦਾ ਸੋਚੋ ਵੀ ਇਹ ਕਿਹਦੀ ਬਦੌਲਤ ਆ, ਕਿਹਨੇ ਇਹ ਸਿਸਟਮ ਦਿੱਤਾ 26 ਜਨਵਰੀ 1950 ਨੂੰ ਸੰਵਿਧਾਨ, ਜਿਹਦੇ ਸਹਾਰੇ ਹਰ ਇੱਕ ਨੂੰ ਅੱਗੇ ਵਧਣ ਦੇ ਮੌਕੇ ਮਿਲੇ, ਹੱਕ ਮਿਲੇ, ਬਰਾਬਰ ਦਾ ਅਧਿਕਾਰ, ਵੋਟ ਦਾ ਅਧਿਕਾਰ ਲੈ ਕੇ ਦਿੱਤਾ ਵੀ ਲਓ ਚੁਣ ਲਓ ਜਿਹੋ ਜਿਹੇ ਕੈਂਡੀਡੇਟ ਤੁਹਾਨੂੰ ਚਾਹੀਦੇ ਨੇ, ਕਹੀਏ ਜਾਂ ਤੁਸੀਂ ਜਿਹੋ ਜਿਹੀਆਂ ਸਰਕਾਰਾਂ ਬਣਾਉਣੀਆਂ ਚਾਹੁੰਦੇ ਹੋ ਬਣਾ ਲਓ, ਜਾਓ ਮੈਂ ਤੁਹਾਨੂੰ ਆਜ਼ਾਦੀ ਦੇ ਕੇ ਚੱਲਿਆ ਹਾਂ। ਤੋ ਇਸ ਕਰਕੇ ਅੱਜ ਦੇ ਸਮੇਂ ਦੇ ਉੱਤੇ ਕਿਉਂਕਿ ਮਨਮਿੰਦਰ ਸਿੰਘ ਜੀ ਗਿਆਸਪੁਰਾ ਪੜ੍ਹੇ ਲਿਖੇ ਸਾਡੇ ਕੈਂਡੀਡੇਟ ਨੇ, ਉਮੀਦਵਾਰ ਨੇ, ਮੈਂ ਤਾਂ ਇਹਨਾਂ ਨੂੰ ਪਹਿਲੀ ਮੀਟਿੰਗ ਦੇ ਵਿੱਚ ਹੀ ਕਹਿੰਦਾ ਸੀ ਕਿ ਠੀਕ ਆ ਤੁਸੀਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋ ਪਰ ਸਾਨੂੰ ਤਾਂ ਤੁਸੀਂ ਆਪਣੇ ਹੀ ਲੱਗਦੇ ਹੋ ਕਿਉਂਕਿ ਇਹ ਵੀ ਸੀਟ ਰਿਜ਼ਰਵ ਹੈ। ਇਸ ਗੱਲ ਨੂੰ ਮਨਮਿੰਦਰ ਸਿੰਘ ਜੀ ਭਲੀ ਭਾਂਤ ਸਮਝਦੇ ਹੋਣਗੇ ਕਿ ਅਗਰ ਰਿਜ਼ਰਵੇਸ਼ਨ ਡਾਕਟਰ ਸਾਹਿਬ ਨਾ ਲੈ ਕੇ ਦਿੰਦੇ ਤਾਂ ਸਾਨੂੰ MLA MPਾਂ ਦੀਆਂ ਜਿਹੜੀਆਂ ਹੁਣ ਮਿਲਣੀਆਂ ਨੇ ਮਿਲ ਜਾਣੀਆਂ। ਮਨਮਿੰਦਰ ਸਿੰਘ ਨੂੰ ਮੈਂ ਐਡਵਾਂਸ ਵਧਾਈਆਂ ਦਿੰਦਾ, ਇਹਨਾਂ ਨੇ MP ਬਣ ਕੇ ਥੋੜੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਕਦਮ ਰੱਖਣੇ ਨੇ। ਔਰ ਇਹਦੇ ਪਿੱਛੇ ਪਾਵਰ, ਇਹਦੇ ਪਿੱਛੇ ਸ਼ਕਤੀ ਕਿਹਦੀ ਕੰਮ ਕਰਦੀ ਆ? ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ। ਮੈਂ ਆਪਣੀ ਗੱਲ ਨੂੰ ਇੱਥੇ ਸਮਾਪਤ ਕਰਦਾ ਹੋਇਆ
ਉਹਨਾਂ ਦੇ ਜਨਮ ਦਿਨ ਦੀ 128ਵੇਂ ਜਨਮ ਦਿਨ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ, ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦਾ ਹੋਇਆ, ਰਜਾ ਲੈਣਾ ਜੈ ਭੀਮ ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।